ਸਤਿ ਸ਼੍ਰੀ ਅਕਾਲ ਜੀ, ਮੈਂ ਐਡਵੋਕੇਟ ਹਰਪਾਲ ਲੁਧਿਆਣਾ ਕੋਟ ਡਿਸਟ੍ਰਿਕਟ ਕੋਟ ਤੋਂ ਵੈਲਬੀਇੰਗ ਬਾਈ ਪੀਵੀਐਨ 'ਚ ਤੁਹਾਡਾ ਸਵਾਗਤ ਕਰਦੀ ਹਾਂ। ਇੱਕ ਵਾਰੀ ਫਿਰ ਇੱਕ ਨਵੇਂ ਟੋਪਿਕ ਦੇ ਨਾਲ ਹਾਜ਼ਰ ਹੋਈ ਹਾਂ, ਜਿਹਨੂੰ ਆਪਾਂ ਕਹਿੰਦੇ ਹਾਂ ਡਾਇਵੋਰਸ। ਵੈਸੇ ਤਾਂ ਡਾਇਵੋਰਸ ਇੱਕ ਮਤਲਬ ਆਪਣੇ ਆਪ 'ਚ ਇੱਕ ਮੇਰੇ ਅਕੋਰਡਿੰਗਲੀ ਅਤੇ ਇੱਕ ਆਪਣੇ ਆਪ 'ਚ ਇੱਕ ਮੈਂ ਗਾਲੀ ਹੋਈ ਕਹਾਂਗੀ, ਲੇਕਿਨ ਜਦੋਂ ਕੋਈ ਚੀਜ਼ ਹੱਦ ਤੋਂ ਵੱਧ ਟੱਪ ਜਾਂਦੀ ਹੈ ਤਾਂ ਉਸ ਚੀਜ਼ ਨੂੰ ਆਪਾਂ ਨੂੰ ਅਲੱਗ ਹੋ ਜਾਣਾ ਹੀ ਵਧੀਆ ਹੁੰਦਾ ਹੈ। ਹੁਣ ਡਾਇਵੋਰਸ ਹੁੰਦਾ ਕੀ ਹੈ? ਡਾਇਵੋਰਸ HMA ਹਿੰਦੂ ਮੈਰਿਜ ਐਕਟ ਦੇ ਸੈਕਸ਼ਨ 13 ਵਿੱਚ ਇਹਨੂੰ ਕਾਊਂਟ ਕੀਤਾ ਜਾਂਦਾ ਹੈ ਜੀ, ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਦੋ ਵਿਆਹੇ ਹੋਏ ਜੋੜਿਆਂ ਨੂੰ ਵੱਖ ਕਰ ਦੇਣਾ ਜਾਂ ਆਪਾਂ ਵੱਖ ਹੋ ਜਾਣਾ। ਬੋਥ ਸਾਈਡ ਐਗਰੀ ਹੋਣੇ ਚਾਹੀਦੇ ਕਿ ਹਾਂ ਡਾਇਵੋਰਸ ਲੈਣਾ ਹੈ ਜੀ, ਅਸੀਂ ਸਲਾਹ ਕਰ ਲਈ। ਹੁਣ ਸੈਕਿੰਡ ਹੈ ਕਿ ਲੀਗਲ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਅਗਰ ਪਲੈਨ ਕਰ ਰਹੇ ਹਾਂ ਕਿ ਆਪਾਂ ਡਾਇਵੋਰਸ ਲੈਣਾ, ਉਹਦੇ ਵਾਸਤੇ ਲੀਗਲ ਨੌਲੇਜ, ਉਹਦੇ ਵਾਸਤੇ ਕਾਨੂੰਨੀ ਜਾਣਕਾਰੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਇਹਦੇ ਵਿੱਚ ਇੱਕ ਤਾਂ ਆਪਾਂ ਪਹਿਲਾਂ ਹੀ ਮੈਂਟਲੀ ਤੌਰ 'ਤੇ ਅਪਸੈਟ ਰਹਿੰਦੇ ਹਾਂ ਕਿ ਆਪਣੇ ਘਰ ਦੇ ਹਾਲਾਤ, ਲੜਾਈ ਝਗੜੇ, ਜੋ ਕੋਈ ਵੀ ਰੀਜ਼ਨ ਹੈ, ਰੀਜ਼ਨ ਕੋਈ ਵੀ ਹੋ ਸਕਦਾ ਡਾਇਵੋਰਸ ਦਾ, ਲੇਕਿਨ ਉਹਦੇ ਵਿੱਚ ਮੇਨ ਪੁਆਇੰਟ ਇਹੀ ਹੈਗਾ ਜੀ ਕਿ ਸਾਨੂੰ ਲੀਗਲ ਨੌਲੇਜ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੈਕਿੰਡ ਹੈ ਕਿ ਸਾਨੂੰ ਆਪਣੇ ਰਾਈਟਸ ਦੇ ਬਾਰੇ ਪਤਾ ਹੋਵੇ ਕਿ ਆਪਾਂ ਕਿਸ ਤਰੀਕੇ ਦੇ ਨਾਲ ਕਿਹੜਾ ਕਦਮ ਉਠਾਉਣਾ, ਕਿਹੜੀ ਕਾਨੂੰਨੀ ਕਾਰਵਾਈ ਕਰਨੀ ਹੈ, ਕਿਹੜੀ ਕਾਨੂੰਨੀ ਹੈਲਪ ਲੈਣੀ ਹੈ, ਕਿਹੜੇ ਕਾਨੂੰਨ ਦੇ ਬੰਦੇ ਕੋਲ ਜਾਣਾ ਹੈ, ਕਿਹੜੇ ਐਡਵਾਈਜ਼ਰ ਕੋਲ ਜਾਣਾ ਹੈ, ਕਿਹੜੇ ਐਡਵੋਕੇਟ ਕੋਲ ਜਾਣਾ ਹੈ, ਇਸ ਚੀਜ਼ ਦੀ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਆਪਣਾ ਮਾਇੰਡ ਜਿਹੜਾ ਹੈ, ਆਪਣੇ ਮਾਇੰਡ ਨੂੰ ਸੈਟਅਪ ਕਰਨਾ ਹੈ, ਆਪਣਾ ਮਾਇੰਡ ਦੀ ਪ੍ਰਾਈਵੇਸੀ ਨੂੰ ਆਪਣੇ ਕੋਲ ਛੁਪਾ ਕੇ ਰੱਖਣਾ ਹੈ। ਡਾਇਵੋਰਸ ਲੈਣ ਦਾ ਸਭ ਤੋਂ ਮੇਜਰ ਇਹ ਕੌਜ਼ ਆ ਕਿ ਕੋਈ ਵੀ ਆਪਣੇ ਨਾਲ ਕਿਸੇ ਦੀ ਫੀਲਿੰਗਸ ਨਹੀਂ ਮਿਲਦੀਆਂ, ਕਿਸੇ ਦੀ ਆਪਣੇ ਨਾਲ ਕੁਛ ਨਹੀਂ ਮਿਲਦਾ, ਬਟ ਆਪਾਂ ਨੂੰ ਇਹਨੂੰ ਪ੍ਰਾਈਵੇਟ ਰੱਖਣਾ ਪੈਣਾ। ਆਪਣਾ ਜਿਹੜਾ ਮਾਇੰਡ ਆ ਉਹਨੂੰ ਸੈੱਟ ਕਰਕੇ ਆਪਾਂ ਨੂੰ ਆਪਣੇ ਮਾਇੰਡ 'ਚ ਜੋ ਚੱਲ ਰਿਹਾ ਉਹ ਆਪਾਂ ਕਿਸੇ ਹੋਰ ਨੂੰ ਨਹੀਂ ਦੱਸ ਸਕਦੇ, ਅਗਰ ਆਪਾਂ ਡਾਇਵੋਰਸ ਲੈਣ ਵਾਸਤੇ ਐਗਰੀ ਹਾਂ। ਅਗਲਾ ਹੈਗਾ ਕਿ ਇਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਹੈ ਕਿ ਇੱਧਰ ਉੱਧਰ ਜਾਣ ਨਾਲੋਂ ਇੱਕ ਪ੍ਰੋਪਰ ਲੀਗਲ ਐਡਵਾਈਜ਼ਰ ਹੋਣਾ ਚਾਹੀਦਾ, ਇੱਕ ਪ੍ਰੋਪਰ ਲੀਗਲ ਹਾਇਰ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਪ੍ਰੋਪਰ ਲੀਗਲ ਨੌਲੇਜ ਦੇ ਸਕੇ ਕਿ ਹਾਂ ਹੁਣ ਅਸੀਂ ਮੈਚੋਰ ਹਾਂ, ਅਸੀਂ ਆਪਣੇ ਡਿਸੀਜਨ ਲੈ ਸਕਦੇ ਹਾਂ, ਅਸੀਂ ਡਾਇਵੋਰਸ ਲੈਣਾ ਹੀ ਲੈਣਾ ਜਾਂ ਆਪਣੇ ਆਪ ਨੂੰ ਸੈੱਟ ਕਰ ਲਿਆ। ਹੁਣ ਇਹਦੇ ਵਿੱਚ ਡਾਇਵੋਰਸ ਦੀ ਮੇਨ ਹੁੰਦਾ ਕਿ ਜੇ ਕੋਈ ਆਪਣੇ ਨਾਲ ਘਟਨਾ ਹੋਈ ਹੈ, ਜਿਵੇਂ ਆਪਾਂ ਨੂੰ ਕੋਈ ਐਬਿਊਜ਼ ਵਰਡਸ ਬੋਲੇ ਗਏ ਹੈ, ਜਾਂ ਆਪਾਂ ਨੂੰ ਮਾਰਿਆ ਕੁੱਟਿਆ ਗਿਆ, ਜਾਂ ਇੱਕ ਲੇਡੀ ਨੂੰ ਘਰੋਂ ਕੱਢਿਆ ਗਿਆ, ਜਾਂ ਕਈ ਵੀ ਰੀਜ਼ਨ ਹੋ ਸਕਦੇ, ਜਾਂ ਆਪਣੇ ਸਪਾਊਸ ਦਾ ਕਿਤੇ ਹੋਰ ਕੋਈ ਰਿਲੇਸ਼ਨ ਹੈ ਜਾਂ ਕੁਛ ਵੀ ਹੈ, ਉਹਦੇ ਵਾਸਤੇ ਆਪਾਂ ਨੂੰ ਪ੍ਰੋਪਰਲੀ ਇੱਕ ਮਤਲਬ ਕਿ ਪੁਲਿਸ 'ਚ ਰਿਪੋਰਟ ਕਰਵਾਉਣੀ ਪਹਿਲੇ ਜ਼ਰੂਰੀ ਹੈਗੀ ਹੈ ਕਿ ਹਾਂ ਅਸੀਂ ਮਤਲਬ ਡਾਇਵੋਰਸ, ਆਪਣੇ ਮਾਇੰਡ ਸੈਟਅਪ ਹੋ ਗਿਆ ਕਿ ਆਪਾਂ ਡਾਇਵੋਰਸ ਲੈ ਲੈਣਾ, ਉਸ ਉਹਨੂੰ ਗਰਾਊਂਡ ਬਣਾਉਣਾ ਬਹੁਤ ਜ਼ਰੂਰੀ ਹੈ। ਇੱਕ ਮੇਜਰ ਪੁਆਇੰਟ ਹੈ ਜਿਹਦੇ ਕਰਕੇ ਆਪਾਂ ਅਲੱਗ ਹੋਣਾ ਚਾਹੁੰਦੇ ਹਾਂ ਆਪਣੇ ਸਪਾਊਸ ਤੋਂ, ਉਹਦੇ ਵਿੱਚ ਪੁਲਿਸ ਨੂੰ ਰਿਪੋਰਟ ਕਰਨਾ ਬਹੁਤ ਜ਼ਰੂਰੀ ਹੈ। ਇੱਕ ਰਿਪੋਰਟ, ਇੱਕ ਮੇਨ ਗਰਾਊਂਡ ਬਣਾਓ ਜਿਹਦੇ ਵਿੱਚ ਆਪਾਂ ਨੂੰ ਉਹਦਾ ਕੌਜ਼ ਪਤਾ ਲੱਗੇ, ਉਹਦਾ ਰੀਜ਼ਨ ਪਤਾ ਲੱਗੇ ਕਿ ਆਪਾਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ, ਆਪਾਂ ਨੂੰ ਫਿਜ਼ੀਕਲੀ ਹਰਾਸ ਕੀਤਾ ਜਾਂਦਾ ਹੈ, ਮੈਂਟਲੀ ਹਰਾਸ ਕੀਤਾ ਜਾਂਦਾ ਹੈ, ਈਵਨ ਆਪਾਂ ਨੂੰ ਮਤਲਬ ਕਿ ਘਰ ਦੇ ਅੰਦਰ ਕਿਸੇ ਦੇ ਸਾਹਮਣੇ ਨਹੀਂ ਕੀਤਾ ਜਾਂਦਾ, ਜਾਂ ਛੁਪਾ ਕੇ ਆਪਾਂ ਨੂੰ ਟੋਰਚਰ ਕੀਤਾ ਜਾ ਰਿਹਾ, ਕੋਈ ਵੀ ਰੀਜ਼ਨ ਹੋ ਸਕਦਾ, ਲੇਕਿਨ ਇਹਦੇ ਵਿੱਚ ਪੁਲਿਸ ਦਾ ਪਹਿਲਾਂ ਰੋਲ ਇਹ ਹੈਗਾ ਕਿ ਆਪਾਂ ਨੂੰ ਪ੍ਰੋਪਰ ਸੋਲਿਡ ਪਰੂਫ ਮਿਲ ਜਾਏਗਾ ਕਿ ਦੇਖੋ ਜੀ ਮੈਂ ਕੋਸ਼ਿਸ਼ ਕੀਤੀ ਸੀਗੀ, ਜਾਂ ਮੈਂ ਇਹਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਜਾਂ ਮੈਂ ਇਹਦੀ ਸ਼ਿਕਾਇਤ ਕੀਤੀ ਸੀਗੀ। ਆਪਾਂ ਕਰਦੇ ਹਿੰਦੂ ਮੈਰਿਜ ਐਕਟ ਦੀ ਗੱਲ, ਇਹ ਵੱਖਰੇ ਵੱਖਰੇ ਧਰਮਾਂ ਦੇ ਅਕੋਰਡਿੰਗਲੀ ਕਾਨੂੰਨ ਬਣੇ ਹੈ। ਹਿੰਦੂ ਧਰਮ ਦਾ ਅਲੱਗ ਹੈ, ਸਿੱਖ ਧਰਮ ਦਾ ਅਲੱਗ ਹੈ, ਮੁਸਲਿਮ ਧਰਮ ਦਾ ਅਲੱਗ ਹੈ। ਆਪਾਂ ਅੱਜ ਗੱਲ ਕੀਤੀ ਹੈ ਹਿੰਦੂ ਮੈਰਿਜ ਐਕਟ ਦੀ। ਅਗਰ ਇਸ ਦੇ ਅਕੋਰਡਿੰਗ ਤੁਹਾਨੂੰ ਕੋਈ ਵੀ ਕੁਐਰੀਜ਼ ਹੈ, ਡਾਇਵੋਰਸ ਦੇ ਨਾਲ ਤੁਸੀਂ ਗਰਾਊਂਡ ਕੀ ਵੀ ਲੈ ਸਕਦੇ ਹੋ, ਉਸ ਤੋਂ ਪਹਿਲੇ ਆਪਾਂ ਕੀ ਕਦਮ ਉਠਾਉਣੇ ਆ ਜਾਂ ਬਾਅਦ 'ਚ ਕੀ ਕਰ ਸਕਦੇ, ਇਹਦੇ ਨਾਲ ਕੋਈ ਵੀ ਤੁਹਾਡੀ ਰਿਲੇਟਿਡ ਕੁਐਰੀ ਹੈ ਤਾਂ ਨੀਚੇ ਦਿੱਤੇ ਕਮੈਂਟ ਬਾਕਸ 'ਚ ਜ਼ਰੂਰ ਲਿਖੋ, ਇਹਦਾ ਜਵਾਬ ਮੈਂ ਨੈਕਸਟ ਵੀਡੀਓ 'ਚ ਜ਼ਰੂਰ ਦੇਵਾਂਗੀ। ਤਦ ਤੱਕ ਲਈ ਸ਼ੁਕਰੀਆ, ਸਤਿ ਸ਼੍ਰੀ ਅਕਾਲ।